मैं अज मेरे चाहने वाले भैन भरावां दे नाल दो गल्लां सांझियां करनी सी क्योंकि भरावां दे मैसेज मैं देखदा हुंना आए हुंदे ने कि भी बई हुण जिहड़ा किसानी संघर्ष है इहदा की बणिया भी तूं हुण धरने दे घट क्यों जांदा। मैं इहदा तुहानूं कारण दस दिंदा। नंबर एक तां जिहड़ी लड़ाई आ जित्तांगे जित्ती जाऊगी कोई चक्कर नहीं क्योंकि जदों देश गुलाम होया सीगा देश नूं आजाद कराउण लगी बहुत टाइम लग्गिया सीगा ਜਿਵੇਂ ਕਿ ਹੁਣ ਵਿੱਚ ਕਹਿ ਦਿੰਦੇ ਨੇ ਵੀ ਕੀ ਬਣੂਗਾ ਬਣ ਤਾਂ ਬਣੂਗਾ ਸਭ ਕੁਝ ਬਣ ਜਾਂਦਾ ਹੁੰਦਾ। ਅੰਗਰੇਜ਼ ਵੀ ਆਪਣਾ ਦੇਸ਼ ਛੱਡਣ ਨੂੰ ਤਿਆਰ ਨਹੀਂ ਸੀਗੇ ਉਹ ਵੀ ਉਦੋਂ ਜਿੱਤਾਂ ਪ੍ਰਾਪਤ ਕਰੀਆਂ ਨਹੀਂ ਆ। ਜਿੱਤੇ ਕਰ ਮੇਰਾ ਸਵਾਲ ਹੈ ਕਿਉਂਕਿ ਮੇਰਾ ਨਾਲ ਥੋੜ੍ਹਾ ਜਿਹਾ ਆਪਦੇ ਆਪ ਨੂੰ ਮਾਣ ਹੀ ਮੇਰਾ ਹੂਰੂ ਜਿਹਾ ਮੁੜ ਜੇ ਗਿਆ ਸੀਗਾ ਕੀ ਕਾਰਨ ਹੋਇਆ ਸੀਗਾ ਤੁਹਾਨੂੰ ਇਹ ਸਭ ਨੂੰ ਗੱਲ ਦਾ ਪਤਾ। ਸਭ ਤੋਂ ਪਹਿਲਾਂ ਤਾਂ ਮੈਂ 10 ਸਾਲ ਦਾ ਸੀ ਜਦੋਂ ਮੈਂ ਖੇਤੀ ਸਟਾਰਟ ਕਰਦੀ ਸੀ। ਕਿਸੇ ਮੈਂ ਕਹਿੰਦਾ ਅੱਜ ਜਿਹੜੇ ਪ੍ਰਧਾਨ ਬਣੇ ਬੈਠੇ ਨੇ ਕਲਾਕਾਰ ਬਣੇ ਬੈਠੇ ਨੇ ਲੀਡਰ ਬਣੇ ਬੈਠੇ ਨੇ ਕਿਸੇ ਨੂੰ ਕਿਸਾਨ ਦੀ ਮੁਸ਼ਕਲ ਦਾ ਨਹੀਂ ਪਤਾ ਹੋਣਾ। ਜਿਹੜੀਆਂ ਅਸੀਂ ਬਿਪਤਾਂ ਹੰਢਾਈਆਂ ਨੇਗੀਆਂ ਜਿਹੜੇ ਅਸੀਂ ਟਿੱਬੇ ਚੱਕੇ ਨੇ ਸਾਨੂੰ ਉਹ ਸਾਰੀਆਂ ਚੀਜ਼ਾਂ ਦਾ ਪਤਾ A to Z ਦਾ ਇੱਕੋ ਇੱਕ ਸਾਡੀਆਂ ਮੁਸ਼ਕਲਾਂ ਦਾ। ਕਿਉਂਕਿ ਲੀਡਰ ਜਾਂ ਕਲਾਕਾਰ ਉਹ ਗੱਲ ਕੀ ਕਰਦੇ ਨੇ ਅਸੀਂ ਕਿਸਾਨ ਦੇ ਹੱਕ 'ਚ ਖੜੇ ਹਾਂ ਅਸੀਂ ਕਿਸਾਨ ਦੇ ਪੱਖ 'ਚ ਖੜੇ ਹਾਂ। ਅਸੀਂ ਕਿਸਾਨ ਦੇ ਪੱਖ 'ਚ ਨਹੀਂ ਅਸੀਂ ਖੁਦ ਕਿਸਾਨ ਆਪ ਹੈ। ਅਸੀਂ ਖੇਤੀ ਹੁਣ ਵੀ ਕਰਦੇ ਜੱਦੀ ਪੁਸ਼ਤੀ ਧੰਦਾ ਜਿਹੜੇ ਅੱਜ ਕਿਸਾਨ ਯੂਨੀਅਨ ਦਾ ਜਿਹੜੇ ਲੀਡਰ ਜਿਹੜੇ ਵਰਕਰ ਵੱਡੇ ਵੱਡੇ ਗੱਲਾਂ ਕਰਦੇ ਨੇ ਕਿਸਾਨ ਯੂਨੀਅਨ ਜਥੇਬੰਦੀਆਂ ਦੀਆਂ ਗੱਲਾਂ ਕਰਦੇ ਨੇ ਇਹਨਾਂ ਨੂੰ ਤਾਂ ਉਦੋਂ ਕਿਸਾਨ ਜਥੇਬੰਦੀ ਬਾਰੇ ਪਤਾ ਵੀ ਨਹੀਂ ਹੋਣਾ ਜਦੋਂ ਕਿ ਕਿਸਾਨ ਜਥੇਬੰਦੀ ਮੇਰੇ ਦਾਦਾ ਜੀ ਨੇ ਸਟਾਰਟ ਕਰਤੀ ਸੀ। ਅੱਜ ਦੇ ਜਿਹੜੇ ਐਕਟਰ ਸਿੰਗਰ ਚਲੋ ਸਾਰੇ ਹੀ ਕੰਮ ਕਰੀਦੇ ਨੇ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸੋਸ਼ਲ ਨੈਟਵਰਕ 'ਤੇ ਗੱਲ ਹੀ ਨਹੀਂ ਕੋਈ ਕਰੀ ਹੋਣੀ ਅਸੀਂ ਤਾਂ ਸ਼ੁਰੂ ਤੋਂ ਹੀ ਸਾਡਾ ਜਿੱਦਣ ਦਾ ਇਹ ਲੋਕਾਂ ਨੇ ਪਹਿਚਾਣ ਬਣਾਈ ਹੈ ਅਸੀਂ ਸਭ ਤੋਂ ਵੱਧ ਆਪਦੀਆਂ ਜਥੇਬੰਦੀ ਕਿਸਾਨ ਯੂਨੀਅਨ ਦੀਆਂ ਗੱਲਾਂ ਕਰੀਆਂ ਨੇਗੀਆਂ। ਪਹਿਲਾਂ ਭਾਣਾ ਸਿੱਧੂ ਆ ਜਿਹੜਾ ਇਹ ਗੱਲ ਪਹਿਲਾਂ ਤੋਂ ਹੀ ਕਹਿੰਦਾ ਰਿਹਾ ਵੀ ਸਾਡੇ ਜਥੇਬੰਦੀਆਂ ਜੇਕਰ ਇਕੱਠੀਆਂ ਹੋ ਜਾਣ ਤਾਂ ਤਖਤਾਂ ਪਲਟਣੀਆਂ ਤਾਂ ਜਿਹੜੇ ਲੀਡਰਾਂ ਨੂੰ ਸਾਰਿਆਂ ਨੂੰ ਥੱਲੇ ਧਰ ਲੈਣਗੀਆਂ। ਪੰਜਾਬ ਦੇ ਹਾਲਾਤ ਇੱਦਾਂ ਨੇ ਕਿਉਂਕਿ ਜਿਹੜੇ ਬੰਦੇ ਕੀ ਨੇਗੇ ਜਿਹੜੇ ਲੀਡਰ ਨੇ ਜਾਂ ਜਿਹੜੇ ਮੂਹਰੇ ਲੱਗੇ ਹੁੰਦੇ ਨੇਗੇ ਉਹਨਾਂ ਨੂੰ ਜੋ ਮੈਂ ਗੱਲਾਂ ਸਟੇਜ 'ਤੇ ਜਾ ਕੇ ਬੋਲਦਾ ਉਹਨਾਂ ਨੂੰ ਚੁੱਭਦੀਆਂ ਨੇਗੀਆਂ। ਮੈਂ ਕਿਉਂਕਿ ਇਸ ਦੇ ਵਿੱਚ ਸਭ ਤੋਂ ਵੱਡਾ ਦੋਸ਼ੀ ਠਹਿਰਾਉਣਾ ਆਉਣਾ ਪੰਜਾਬ ਵਾਲੇ ਲੀਡਰਾਂ ਨੂੰ ਇਹ ਲੀਡਰਾਂ ਕਰਕੇ ਲੀਡਰਾਂ ਨੂੰ ਮੈਂ ਕਿਉਂ ਦੋਸ਼ੀ ਮੰਨਦਾ ਪੰਜਾਬ ਦੇ ਨੂੰ ਕਿਉਂਕਿ ਇਹਨਾਂ ਕਰਕੇ ਜਿਹੜੇ ਬਿੱਲ ਪਾਸ ਨੇਗੇ ਇਹਨਾਂ ਕਰਕੇ ਜਦੋਂ ਅੰਗਰੇਜ਼ਾਂ ਵੇਲੇ ਪੰਜਾਬ ਗੁਲਾਮ ਹੋਇਆ ਸੀਗਾ ਇਹਨਾਂ ਕਰਕੇ ਪੰਜਾਬੀਆਂ ਦੇ ਜਿਹੜੇ ਗਦਾਰ ਨੇ ਪੰਜਾਬੀਆਂ ਦੇ ਵਿੱਚ ਸਿੱਖ ਕੌਮ ਦੇ ਵਿੱਚ ਗਦਾਰ ਨੇ ਇਹਨਾਂ ਗਦਾਰਾਂ ਕਰਕੇ ਪੰਜਾਬ ਦਾ ਭੱਠਾ ਬੈਠਿਆ। ਜਦੋਂ ਮੈਂ ਸਟੇਜ 'ਤੇ ਗੱਲ ਬੋਲਦਾ ਹਾਂ ਨਾ ਮੇਰੇ ਥੱਲੋਂ ਨਾ ਜਾਂ ਮੇਰੇ ਕੁੜਤਾ ਪਾਇਆ ਹੋਣਾ ਜਾਂ ਮੇਰੇ ਕਮੀਜ਼ ਪਾਇਆ ਥੱਲੋਂ ਖਿੱਚਣ ਲੱਗ ਜਾਂਦੇ ਨੇ ਇਹ ਗੱਲ ਨਾ ਬੋਲ ਇਕੱਲਾ ਮੋਦੀ ਬਾਰੇ ਬੋਲ ਮੋਦੀ ਦੇ ਕਿਉਂਕਿ ਜਿਹੜੇ ਪੰਜਾਬ ਵਾਲੇ ਲੀਡਰਾਂ ਨੇ ਕੀ ਕਰਿਆ ਜਿਹੜੇ ਹੁਣ ਬੰਦੇ ਬੁਲਾਰੇ ਬੋਲ ਰਹੇ ਨੇ ਉਹਨਾਂ ਨੇ ਇੱਕੋ ਹੀ ਗੱਲ ਕਹਿ ਦਿੱਤੀ ਵੀ ਮੋਦੀ ਦਾ ਸਾਰਾ ਚੱਕਰ ਛੱਡੋ ਵੀ 2022 ਦੇ ਵਿੱਚ ਆਪਣਾ ਆਪਣਾ ਨਾਂ ਜਿਹੜਾ ਚਮਕਾਉਣਾ ਉਹ ਦੁਬਾਰੇ ਚਮਕਾਵਾਂਗੇ ਆਪਣਾ ਨਾਮ ਨਾ ਖਰਾਬ ਹੋਵੇ। ਮੈਂ ਇਹ ਗੱਲਾਂ ਉੱਥੇ ਬੋਲਦਾ ਇਹ ਮੈਨੂੰ ਬੋਲਣੇ ਦਿੰਦੇ। ਹੁਣ ਧਰਨਿਆਂ 'ਤੇ ਜਾਣ ਦਾ ਕੀ ਕਾਰਨ ਹੋਇਆ ਇੱਕੋ ਹੀ ਗੱਲ ਹੋਈ ਕਿ ਜਿਹੜੀਆਂ ਗੱਲਾਂ ਉਹ ਚਾਹੁੰਦੇ ਨੇਗੇ ਉਹ ਗੱਲਾਂ ਮੈਂ ਨਹੀਂ ਬੋਲਦਾ। ਮੈਂ ਚਾਹੁੰਦਾ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਜਿੰਨੇ ਪੜ੍ਹੇ ਲਿਖੇ ਨੌਜਵਾਨ ਨੇਗੇ ਮੈਂ ਨੌਜਵਾਨਾਂ ਨੂੰ ਜਾਗਰੂਕ ਕਰਦਾ ਵੀ ਜੇਕਰ ਨੌਜਵਾਨ ਇਸ ਕੰਮ ਦੇ ਵਿੱਚ ਅੱਗੇ ਆ ਜਾਣ ਨਾ ਜਿਹੜਾ ਪੰਜਾਬ ਦੇ ਵਿੱਚ ਗੰਦ ਪਿਆ ਪੋਲੀਟੀਸ਼ੀਅਨ ਦਾ ਪੋਲੀਟੀਕਲ ਦਾ ਗੰਦ ਪਿਆ ਹੋਇਆ ਸਭ ਤੋਂ ਗੰਦ ਪਾਇਆ ਪੋਲੀਟੀਕਲ ਨੇ ਪੰਜਾਬ ਦੇ ਸਭ ਤੋਂ ਵੱਧ ਗੰਦ ਪੰਜਾਬ ਦੇ ਲੀਡਰਾਂ ਨੇ ਪਾਇਆ ਜੇ ਬਿੱਲ ਪਾਸ ਹੋਏ ਨੇ ਪੰਜਾਬ ਦੇ ਲੀਡਰਾਂ ਕਰਕੇ ਪਾਸ ਹੋਏ ਨੇ ਕਿਉਂਕਿ ਉੱਥੇ ਜਾ ਕੇ ਸਹਿਮਤੀ ਭਰ ਕੇ ਆਏ ਨੇ ਕਿ ਇਕੱਲੇ ਬਿੱਲਾਂ ਦੀ ਗੱਲ ਨਾ ਕਰੋ ਹੋਰ ਕਿੰਨੇ ਮਸਲੇ ਨੇ ਜਿਹੜੇ ਕਿ ਪੰਜਾਬ ਦੇ ਵਿੱਚ ਪੋਲੀਟੀਕਲ ਪੰਜਾਬ ਦੇ ਲੀਡਰਾਂ ਨੇ ਗੰਦ ਪਾਏ ਹੋਏ ਨੇ। ਇਹ ਸਭ ਤੋਂ ਵੱਡੇ ਦੋਸ਼ੀ ਮੇਰੀ ਨਿਗਾਹ ਦੇ ਵਿੱਚ ਪੰਜਾਬ ਦੇ ਲੀਡਰ ਨੇਗੇ ਜੇਕਰ ਅਸੀਂ ਸਾਡੇ ਆਪਣੇ ਬੇਈਮਾਨ ਇਹ ਦੂਜੇ ਨੂੰ ਬੇਈਮਾਨ ਕਿਉਂ ਕਹੀਏ ਦੂਜੇ ਦਾ ਅਗਲਾ ਬਿਜ਼ਨਸਮੈਨ ਬੰਦੇ ਨੇ। ਹੁਣ ਮੈਂ ਤੁਹਾਨੂੰ ਇੱਕ ਜਿਹੜੀ ਮੈਂ ਗੱਲ ਬੋਲਣਾ ਚਾਹੁੰਦਾ ਵੀ ਜੇਕਰ ਆਪਣੇ ਪੰਜਾਬ ਦੇ ਨੌਜਵਾਨ ਅੱਗੇ ਆਉਂਦੇ ਨੇ ਤਾਂ ਤਖਤਾਂ ਪਲਟ ਦੇਣਗੇ ਤਾਂ ਆਪਣਾ ਪੰਜਾਬ ਸਭ ਤੋਂ ਅਮੀਰ ਹੋ ਜਾਊਗਾ। ਜਿਵੇਂ ਕਿ ਆਪਣੇ ਪੰਜਾਬ ਦੇ ਲੀਡਰਾਂ ਨੇ ਗੰਦ ਪਾਇਆ ਐਵੇਂ ਹੀ ਸਭ ਤੋਂ ਪਹਿਲਾਂ ਵੱਧ ਗੰਦ ਪਾਇਆ ਸੀ ਅਸਾਮ ਦੇ ਲੀਡਰਾਂ ਨੇ। ਉੱਥੇ ਨੌਜਵਾਨਾਂ ਨੇ ਕੀ ਕਰਿਆ ਸਨ 1985 ਦੀ ਗੱਲ ਆ ਧਿਆਨ ਨਾਲ ਸੁਣ ਲਓ ਸਨ 1985 ਦੀ ਗੱਲ ਹੈ। ਉਹਨਾਂ ਨੇ ਕੀ ਨੌਜਵਾਨਾਂ ਨੇ ਇੱਕ ਆਪਣੀ ਪਾਰਟੀ ਤਿਆਰ ਕਰੀ 10-15 ਸਾਲ ਉਹਨਾਂ ਨੇ ਜੱਜ ਕੇ ਰਾਜ ਕੀਤਾ। ਨੌਜਵਾਨਾਂ ਨੇ ਪਾਰਟੀ ਦਾ ਨਾਂ ਰੱਖਿਆ ਅਸਾਮ ਗਨ ਪਰਿਸ਼ਦ ਉਹਨਾਂ ਨੇ ਆਪਣੀ ਪਾਰਟੀ ਦਾ ਨਾਂ ਰੱਖਿਆ ਅਤੇ ਸਾਰੇ ਹੀ ਉਹਦੇ ਵਿੱਚ ਨੌਜਵਾਨ ਖੜ੍ਹੇ ਹੋਏ ਇਲੈਕਸ਼ਨ ਦੇ ਵਿੱਚ ਨੌਜਵਾਨ ਇਲੈਕਸ਼ਨ ਲੜੇ ਸਾਰੇ ਨੌਜਵਾਨ ਇਲੈਕਸ਼ਨ ਜਿੱਤੇ ਜਿੱਤ ਕੇ ਉਹਨਾਂ ਨੇ ਆਪਣੀ ਸਰਕਾਰ ਬਣਾਈ ਇੱਕ ਨੌਜਵਾਨਾਂ ਨੇ ਉਹਨਾਂ ਦੇ ਵਿੱਚੋਂ ਕੋਈ ਨੌਜਵਾਨ ਵਿਆਹ ਹੋਇਆ ਨਹੀਂ ਸੀ। ਹੋਰ ਇਸ ਤੋਂ ਸਭ ਤੋਂ ਵੱਡੀ ਗੱਲ ਇਹ ਦੱਸਦਾ ਕੋਈ ਵੀ ਨੌਜਵਾਨ ਵਿਆਹ ਨਹੀਂ ਸੀ ਸਾਰੇ ਹੀ ਕੁਆਰੇ ਸੀਗੇ ਸਾਰੇ ਛੋਟੀ ਉਮਰ ਦੇ ਸੀਗੇ। ਨੌਜਵਾਨਾਂ ਨੇ ਆਪਣੇ ਉੱਥੇ ਐਜੂਕੇਸ਼ਨ ਵਧੀਆ ਕਰੀ ਸਿਹਤ ਸਹੂਲਤਾਂ ਵਧੀਆ ਕਰੀਆਂ ਅਸਾਮ ਤਾਂ ਕਰਕੇ ਆਪਣੇ ਪੰਜਾਬ ਤੋਂ ਅੱਗੇ ਵੀ ਆਓ ਛੋਟਾ ਜਿਹਾ ਸੂਬਾ ਹੈ ਇੱਥੇ ਆਪਣੇ ਪੰਜਾਬ ਦੇ ਵਿੱਚ ਤਾਂ ਪਤਾ ਨਹੀਂ ਚੌਗਣੇ ਠੇਕੇ ਨੇਗੇ ਉੱਥੇ ਠੇਕੀ ਬਹੁਤ ਘੱਟ ਨੇ ਉੱਥੋਂ ਦੀ ਜਿਹੜੀ ਸ਼ਰਾਬ ਦੀ ਆਮਦਨ ਹੈ ਦੁੱਗਣੀ ਤਿੱਗਣੀ ਗੌਰਮੈਂਟ ਨੂੰ ਆਮਦਨ ਹੈ ਇੱਥੋਂ ਦਾ ਲੀਡਰ ਹੀ ਲੁੱਟ ਲੁੱਟ ਖਾਈ ਜਾਂਦੇ ਨੇਗੇ ਲੀਡਰ ਹੀ ਜਾਲੀ ਸ਼ਰਾਬਾਂ ਪਕਾਈ ਜਾਂਦੇ ਨੇ। ਇਸ ਕਰਕੇ ਨੌਜਵਾਨਾਂ ਦੇ ਵਿੱਚ ਬਹੁਤ ਵੱਡੀ ਪਾਵਰ ਹੈ। ਮੈਂ ਇਹ ਚੀਜ਼ਾਂ ਚਾਹੁੰਦਾ ਕਿ ਜਿਹੜੇ ਹੁਣੇ ਬੁੜੇ ਬਣੇ ਬੈਠੇ ਨੇ ਇੱਥੇ ਬੁੱਢੇ ਬੈਠੇ ਬੈਠਣੇ ਇਹ 40-40 ਸਾਲਾਂ ਤੋਂ ਇਲੈਕਸ਼ਨ ਲੜਦੇ ਤੁਰੇ ਆ ਰਹੇ ਨੇ ਇਹਨਾਂ ਨੇ ਕੋਈ ਪੰਜਾਬ ਦਾ ਕੱਖ ਕੀਤਾ ਹੀ ਨਹੀਂ ਗਾ। ਇੱਥੇ ਪੰਜਾਬ ਦਾ ਨੌਜਵਾਨ ਉਹ ਆਵੇ ਜਿਹਨੂੰ ਜਿਹੜਾ ਇਹਨਾਂ ਨੇ ਪਤਾ ਕੀ ਬਣਾਇਆ ਆਪਣੇ ਲੀਡਰਾਂ ਨੇ ਇਹ ਗੱਲ ਬਣਾਈ ਹੋਈ ਹੈ
ਵੀ ਜੱਦੀ ਪੁਸ਼ਤੀ ਦੋ ਤਿੰਨ ਪਾਰਟੀਆਂ ਚੱਲੀਆਂ ਹੁੰਦੀਆਂ ਨੇ ਅਸੀਂ ਵੀ ਰਾਜ ਕਰਾਂਗੇ ਬੇਸ਼ੱਕ ਆਪਾਂ ਆਜ਼ਾਦ ਨਹੀਂ ਹੈਗੇ ਆਪਾਂ ਗੁਲਾਮ ਹੈ ਆਪਾਂ ਕਿਵੇਂ ਗੁਲਾਮ ਹੈ ਕਿਉਂਕਿ ਸ਼ੁਰੂ ਤੋਂ ਇਹ ਰਾਜ ਇਹ ਕਰਦੇ ਤੁਰੇ ਆਉਂਦੇ ਨੇ ਯਾਰ ਜਿਹਨਾਂ ਦਾ ਇਹਨਾਂ ਦਾ ਪਹਿਲਾਂ ਇਹਨਾਂ ਦਾ ਪਿਓ ਰਾਜ ਕਰਦੇ ਨੇ ਫਿਰ ਇਹਨਾਂ ਦੇ ਪੋਤੇ ਫਿਰ ਇਹਨਾਂ ਦੇ ਮੁੰਡੇ ਫਿਰ ਇਹਨਾਂ ਦੇ ਪੋਤੇ ਸਾਰੇ ਆਪ ਹੀ ਇਹ ਤਿਆਰ ਹੋਈ ਜਾਂਦੇ ਨੇਗੇ ਉਹ ਨੌਜਵਾਨਾਂ ਨੇ ਇਸ ਕਰਕੇ ਬਣਾਈ ਸਾਰੇ ਸਟੂਡੈਂਟ ਸੀਗੇ ਉਹ ਜਿਹੜੀ 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 ਸਰਕਾਰ ਬਣਾਈ ਸਾਰੇ ਹੀ ਉਹਦੇ ਵਿੱਚ ਸਟੂਡੈਂਟ ਸੀਗੇ ਪੰਜਾਬ ਦੇ ਨੌਜਵਾਨ ਅੱਗੇ ਆਉਣੇ ਚਾਹੀਦੇ ਨੇ ਇਹਨਾਂ ਦਾ ਹੁਣ ਜਿੰਨੇ ਬੇਰੁਜ਼ਗਾਰ ਨੌਜਵਾਨ ਨੇ MA BEd ਟੀਚਰਾਂ ਦੇ ਲਈ ਧਰਨੇ ਮੁਜ਼ਾਹਰੇ ਮਾਰਦੇ ਨੇ ਮੈਂ ਸਟੇਜਾਂ 'ਤੇ ਇਹ ਗੱਲ ਸ਼ਰੇਆਮ ਬੋਲਤੀ ਕਿਵੇਂ ਬੋਲਤੀ ਮੈਂ ਪਹਿਲਾਂ ਜਿਹੜੇ ਜਦੋਂ ਮੈਨੂੰ ਬੋਲਣ ਦਾ ਮੌਕਾ ਮਿਲਿਆ ਮੈਂ ਕਿਹਾ ਵੀ ਜਿੰਨੇ ਵੀ ਬੇਰੁਜ਼ਗਾਰ ਨੇ 2022 ਦੀ ਤਿਆਰੀ ਕਰੋ ਮੈਂ ਕਿ ਮੈਨੂੰ ਕੀ ਬੋਲਦੇ ਨੇਗੇ ਕਹਿੰਦੇ ਤੂੰ ਤਾਂ ਵੀ ਮੰਨ ਕੇ ਚੱਲ ਤੂੰ ਤਾਂ ਪੋਲੀਟੀਕਲ ਗੱਲਾਂ ਬੋਲਦਾ ਤੂੰ ਲੀਡਰਸ਼ਿਪ ਵਾਲੇ ਗੱਲਾਂ ਬੋਲਦਾ ਤੂੰ ਇਹ ਗੱਲਾਂ ਨਹੀਂ ਬੋਲ ਸਕਦਾ ਕਹਿੰਦੇ ਵੀ ਤੂੰ ਇੱਥੇ ਇਕੱਲੇ ਆਹ ਮੋਦੀ ਦੇ ਸਰਕਾਰ ਵਾਲੇ ਅਤੇ ਇਕੱਲੇ ਇਹਨਾਂ ਦੀ ਗੱਲ ਕਰ ਜਿਹੜੇ ਆ ਬਿਲਾਂ ਦੀ ਗੱਲ ਕਰ ਇਹ ਗੱਲ ਨਹੀਂ ਤੂੰ ਬੋਲ ਸਕਦਾ ਕਿਉਂ ਹੋਣਾ ਬੋਲਾਂ ਇਹ ਚੀਜ਼ ਸਾਰੀਆਂ ਇੱਕੋ ਹੀ ਚੀਜ਼ਾਂ ਨੇ ਅਸੀਂ ਸਾਡੇ ਨੌਜਵਾਨ ਨੌਕਰੀਆਂ ਮੰਗਣ ਲਈ ਲੀਡਰਾਂ ਦੇ ਘਰਾਂ ਦੇ ਮੂਹਰੇ ਧਰਨੇ ਲਾਉਂਦੇ ਨੇ ਮੁਜ਼ਾਹਰੇ ਕਰਦੇ ਨੇ ਹੱਥ ਜੋੜਦੇ ਨੇ ਵੀ ਸਾਨੂੰ ਰੁਜ਼ਗਾਰ ਦਿਓ ਰੁਜ਼ਗਾਰ ਦਿਓ ਮੈਂ ਗੱਲ ਹੋਰ ਚੀਜ਼ 'ਤੇ ਬੋਲੀ ਵੀ ਹੁਣ ਇਹਨਾਂ ਤੋਂ ਰੁਜ਼ਗਾਰ ਨਾ ਤੁਸੀਂ ਮੰਗੋ ਤੁਸੀਂ ਇਹਨਾਂ ਦੀ ਕੁਰਸੀ ਮੰਗੋ ਤੁਸੀਂ ਇਹਨਾਂ ਦੀ ਕੁਰਸੀ ਮੰਗੋ ਇਹਨਾਂ ਦੀ ਕੁਰਸੀ ਛਡਾਓ ਜੇ ਤੁਹਾਡੇ ਕੋਲ ਪਾਵਰ ਹੋਊ ਤਾਂ ਤੁਸੀਂ ਆਪਦੇ ਰੁਜ਼ਗਾਰ ਆਪ ਲੈ ਸਕਦੇ ਹੋ ਕਿਸਾਨ ਕੋਲ ਪਾਵਰ ਹੋਵੇ ਕਿਸਾਨ ਜਿਹੜੀ ਕਿਸਾਨ ਜਥੇਬੰਦੀਆਂ ਨੇ ਜਾਂ ਜਿਹੜੇ ਕਿਸਾਨ ਲੜਾਈ ਲੜ ਰਹੇ ਨੇ ਇਹਨਾਂ ਕੋਲ ਆਪਣੀ ਪਾਵਰ ਹੋਵੇ ਇਹ ਇਹਨਾਂ ਨੂੰ ਕੀ ਲੋੜ ਆ ਲੀਡਰਾਂ ਦੇ ਮਿੰਟ 'ਤੇ ਤਰਲਾ ਕੱਢਣ ਦੀ ਆਪਣੇ ਮਸਲੇ ਹੱਲ ਆਪ ਕਰਨਗੇ ਦੂਜੀ ਗੱਲ ਕੀ ਬੋਲਦਾ ਹੁੰਦਾ ਵੀ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਕਰੋ ਖੇਤੀ ਦਾ ਬਦਲਾਅ ਕਰੋ ਸੈਂਟਰ ਗੌਰਮੈਂਟ ਤੁਹਾਡੇ ਪੰਜਾਬ ਅੱਗੇ ਹੱਥ ਤੁਹਾਡੇ ਟੇਕੂਗੀ ਕਹਿੰਦੇ ਤੂੰ ਇਹ ਖਸਖਸ ਵਾਲੇ ਮੁੱਦੇ 'ਤੇ ਗੱਲ ਨਹੀਂ ਕਰਨੀ ਤੂੰ ਇਹ ਗੱਲਾਂ ਨਹੀਂ ਕਰਨੀਆਂ ਤੂੰ ਜੋ ਗੱਲਾਂ ਨਹੀਂ ਕਰਨੀਆਂ ਇਹ ਗੱਲਾਂ ਕਰਕੇ ਥੋੜ੍ਹਾ ਮੇਰਾ ਮਨ ਅੱਕਿਆ ਹੋਇਆ ਸੀ ਪਰ ਹੁਣ ਮੈਂ ਤੁਹਾਨੂੰ ਸਪਸ਼ਟ ਇੱਕ ਗੱਲ ਦੱਸ ਦੇਣਾ ਵੀ ਜੇ ਤੁਸੀਂ ਕਹੋ ਵੀ ਦਬ ਤੋਂ ਬਗੈਰ ਜੱਟ ਇਹੋ ਜਿਹਾ ਜੱਟ ਦੇ ਖੂਨ ਦੇ ਵਿੱਚ ਬਲੱਡ ਦੌੜਦਾ ਐ ਨਹੀਂ ਪਤਾ ਕਿਹੜੇ ਵੇਲੇ ਕੀ ਕਰਦੇ ਤੁਹਾਨੂੰ ਸਭ ਨੂੰ ਪਤਾ ਵੀ ਦੋ ਤਿੰਨ ਪਰਚੇ ਆਹੀ ਮਸਲਿਆਂ ਕਰਕੇ ਚੱਲਦੇ ਨੇਗੇ ਆਹ ਪਬਲਿਕ ਮੁੱਦਿਆਂ ਕਰਕੇ ਇਸ ਤਰ੍ਹਾਂ ਕਰਕੇ ਆਹ ਜਿਹੜੀ ਟੋਲ ਟੈਕਸ ਵਾਲੀ ਗੱਲ ਆ ਜਿਵੇਂ ਕਿ ਹੁਣ ਸਭ ਤੋਂ ਪਹਿਲਾਂ ਟੋਲ ਟੈਕਸ ਆ ਜਿਹੜੇ ਪਹਿਲਾਂ ਤਾਂ ਕਈ ਵਾਰੀ ਆਪਾਂ ਤੁਹਾਨੂੰ ਪਤਾ ਲੜਾਈਆਂ ਹੋਈਆਂ ਨੇ ਪੱਟੇ ਨੇ ਆਪਾਂ ਤੁਹਾਡੇ ਸਾਹਮਣੇ ਜਿਹੜਾ ਹੁਣ ਮੁੱਦਾ ਚੱਲਦਾ ਇਸ ਤੋਂ ਸਭ ਤੋਂ ਪਹਿਲਾਂ ਟੋਲ ਟੈਕਸ ਵਾਲਾ ਕੰਮ ਆਪਾਂ ਕਰਿਆ ਚਲੋ ਜਥੇਬੰਦੀਆਂ ਨੇ ਕਰਤਾ ਜਥੇਬੰਦੀਆਂ ਸਾਡੀਆਂ ਨੇ ਆਪਣਾ ਬਹੁਤ ਚੰਗੀ ਗੱਲ ਆ ਜਥੇਬੰਦੀਆਂ ਨੇ ਕੰਮ ਕੀਤਾ ਪਰ ਪਹਿਲਾਂ ਤਾਂ ਆਪਾਂ ਕਰਤਾ ਉੱਥੇ ਜਦੋਂ ਪਟਿਆਲੇ ਪਿੱਛੇ ਜਾਂਦੀ ਆ ਘੱਟੋ ਘੱਟ 1000-2000 ਗੱਡੀ ਆਪਣੇ ਪਿੱਛੇ ਚਲੋ ਸਾਰੀਆਂ ਆਉਂਦੀਆਂ ਨੇ ਜਾਣ ਸਾਰੀ ਮੇਰੇ ਇੱਕ ਸਰੋਪਾ ਮੂਹਰੇ ਤਿਆਰ ਰੱਖਦੇ ਨੇ ਕਿ ਭਾਵੇਂ ਸਿੱਧੂ ਨੇ ਗਲਤ ਕੰਮ ਕਰਿਆ ਜੀ ਟੋਲ ਟੈਕਸ ਵਾਲਿਆਂ ਨਾਲ ਜਿਹੜਾ ਟੋਲ ਟੈਕਸ ਮੂਹਰੇ ਚੁਕਾ ਕੇ ਉਹਨੇ ਗਲਤ ਕੰਮ ਕਰਿਆ ਅੱਛਾ ਜੀ ਫਿਰ ਵੀ ਤਾਂ ਕਰੇ ਹੀ ਆ ਫਿਰ ਵੀ ਤਾਂ ਹੁਣ ਵੀ ਤਾਂ ਸਾਰੇ ਟੋਲ ਟੈਕਸ ਓਪਨ ਪਏ ਹੀ ਨੇਗੇ ਮੈਂ ਤਾਂ ਇਹਨਾਂ ਨੂੰ ਬਹੁਤ ਟਾਈਮ ਦਾ ਪਹਿਲਾਂ ਤਾਂ ਪੱਟਣ ਨੂੰ ਤਿਆਰ ਹੈ ਕੋਈ ਵੀ ਕਿਤੇ ਵੀ ਗਰਾਰੀ ਅੜ ਜੇ ਦੰਦਾ ਅੜ ਜੇ ਕਿਸੇ ਵੀ ਤਰ੍ਹਾਂ ਦਾ ਅੜ ਜੇ ਆਪਾਂ ਪਿੱਛੇ ਨਹੀਂ ਹਟਾਂਗੇ ਮੈਂ ਇੰਨੀ ਕੁ ਜ਼ੁਰਤ ਰੱਖਦਾ ਵੀ ਮੈਂ ਜੇਲ੍ਹ ਜਾਣ ਤੋਂ ਨਹੀਂ ਡਰਦਾ ਲੀਡਰਾਂ ਤੋਂ ਨਹੀਂ ਡਰਦਾ ਨਹੀਂ ਪਤਾ ਕਿਹੜੇ ਵੇਲੇ ਕੀ ਵਿਵਾਦ ਖੜਾ ਕਰਦਾ ਮੇਰਾ ਕੋਈ ਪਤਾ ਨਹੀਂ ਲੋਕਾਂ ਦੇ ਹਿੱਤ 'ਚ ਲੋਕਾਂ ਦੀ ਲੜਾਈ ਲੋਕਾਂ ਦੇ ਪੱਖ 'ਚ ਦਬਣ ਦਬਣ ਵਾਲੀਆਂ ਗੱਲਾਂ ਤੁਸੀਂ ਭੁੱਲ ਜਾਓ ਜਿਹੜੇ ਮੈਂ ਲੀਡਰਾਂ ਸ਼ਰਿਆਮ ਆ ਫੇਸਬੁੱਕ ਦੇ ਖਿਲਾਫ ਬੋਲਦਾ ਕਿਉਂਕਿ ਲੀਡਰ ਸਾਰੇ ਫੇਸਬੁੱਕ ਹੀ ਦੇਖਦੇ ਨੇ ਉਹਨੂੰ ਸਨੈਪਚੈਟ ਚੜ੍ਹ ਦਾ ਪਤਾ ਨਹੀਂ ਜਿਹੜੇ ਮੈਂ ਸਨੈਪਚੈਟਾਂ ਪਾ ਰਿਹਾ ਮੈਂ ਯੂਥ ਕਰਕੇ ਪਾ ਰਿਹਾ ਨੌਜਵਾਨਾਂ ਕਰਕੇ ਪਾ ਰਿਹਾ ਮੈਨੂੰ ਪਤਾ ਵੀ ਨੌਜਵਾਨ ਫੇਸਬੁੱਕ ਦੇਖਦੇ ਨੀਗੇ ਲੀਡਰਾਂ ਨੇ ਪਿੱਛੇ ਮੈਂ ਸਦੀਕ ਦਾ ਮੁੱਦਾ ਚੱਕ ਲਿਆ ਹੋਰ ਕਿੰਨੇ ਲੀਡਰਾਂ ਦਾ ਮੈਂ ਸਰੋਪੇ ਪਾਏ ਇਹਨਾਂ ਨੇ ਫੋਨ ਪਾਣ ਕਰਾਏ ਬਹੁਤ ਕੁਛ ਕਰਿਆ ਮੈਂ ਇਹਨਾਂ ਨੇ ਇੱਕੋ ਹੀ ਗੱਲ ਕਹਿਤੀ ਵੀ ਤੁਸੀਂ ਕੀ ਕਰ ਸਕਦੇ ਤੁਸੀਂ ਬੰਦੇ ਨੇ ਗੋਲੀ ਮਰਵਾ ਸਕਦੇ ਹੋ ਬੰਦੇ ਨੂੰ ਮਰਵਾ ਸਕਦੇ ਹੋ ਬੰਦੇ ਨੂੰ ਜੇਲ੍ਹ ਪਹੁੰਚਾ ਸਕਦੇ ਹੋ ਬੰਦੇ ਨੇ ਝੂਠਾ ਪਰਚਾ ਪਵਾ ਸਕਦੇ ਹੋ ਜੋ ਤੁਸੀਂ ਕਰਨਾ ਕਰ ਲਓ ਜੇ ਮੈਂ ਬੋਲਣਾ ਤਾਂ ਬੋਲਣਾ ਹੈ ਤੁਸੀਂ ਮੈਨੂੰ ਹਟਾ ਨਹੀਂ ਸਕਦੇ ਮੈਂ ਇਸ ਤੱਕ ਗੱਲ ਬੋਲੀ ਹੋਈ ਆ ਮੈਂ ਚੀਜ਼ਾਂ ਨੂੰ ਡਰਦੇ ਨਹੀਂਗਾ ਜਦੋਂ ਕਿਸੇ ਬੰਦੇ ਨੇ ਮਰਨਾ ਉਹਨੇ ਮਰ ਜਾਣਾ ਜੋ ਬੰਦੇ ਦੇ ਕਰਮਾਂ 'ਚ ਲਿਖਿਆ ਉਹਦਾ ਹੋ ਜਾਣਾ ਕਿਸੇ ਮਾਈ ਦੀ ਲਾਲ ਦੀ ਜ਼ੁਰਤ ਨਹੀਂ ਜਦੋਂ ਪਰਮਾਤਮਾ ਵੱਲੋਂ ਹੁਕਮ ਆ ਗਿਆ ਉਦੋਂ ਬੰਦੇ ਨੇ ਉਹਨੇ ਮਰਨਾ ਹੀ ਇਹ ਚੀਜ਼ਾਂ ਨੂੰ ਮੈਂ ਡਰਦਾ ਘਬਰਾਉਂਦਾ ਬਿਲਕੁਲ ਨਹੀਂ ਨਾ ਪਹਿਲਾਂ ਡਰਿਆ ਨਾ ਮੇਰੇ ਦਾਦਾ ਜੀ ਡਰੇ ਨੇ ਅਨੇਕਾਂ ਵਾਰੀ ਜੇਲ੍ਹ ਗਏ ਨੇ ਅਨੇਕਾਂ ਵਾਰੀ ਕੁੱਟ ਪਈ ਆ ਪੁਲਿਸ ਤੋਂ ਲੋਕਾਂ ਦੇ ਕੰਮਾਂ ਦੇ ਲਈ ਉਹੀ ਚੀਜ਼ਾਂ ਨੇਗੀਆਂ ਅਤੇ ਆਹ ਗੱਲਾਂ ਬਾਤਾਂ ਮੈਂ ਮੇਰੇ ਭਰਾਵਾਂ ਨੂੰ ਨੌਜਵਾਨਾਂ ਨੂੰ ਦੱਸਣੀਆਂ ਸੀਗੀਆਂ ਤਾਂ ਕਰਕੇ ਨੌਜਵਾਨਾਂ ਨੂੰ ਇਹ ਗੱਲਾਂ ਦਾ ਚੰਗੀ ਤਰ੍ਹਾਂ ਪਤਾ ਫਿਕਰ ਨਾ ਕਰੋ ਮੇਰੇ ਚਾਹੁਣ ਵਾਲੇ ਮੇਰੇ ਜਿੰਨੇ ਮੈਨੂੰ ਮੇਰੇ ਭਰਾ ਨੇਗੇ ਮੇਰੇ ਭੈਣਾਂ ਨੇ ਫਿਕਰ ਨਾ ਕਰੋ ਜਦੋਂ ਆਪਾਂ ਗਰਾਰੀ ਦਾ ਡੰਡਾ ਡਾਉਣਾ ਡਾ ਹੀ ਲੈਣਾ ਹੁਣ ਇੱਕ ਤੋਂ ਵਧੀਆ ਪ੍ਰੋਜੈਕਟ ਮੈਨੂੰ ਆ ਇੰਨੇ ਆਪਾਂ ਤਿਆਰ ਕਰਦੇ ਹਾਂ ਸਾਡੇ ਪਰਿਵਾਰ ਦੇ ਮੈਂਬਰ ਧਰਨਿਆਂ ਦੇ ਵਿੱਚ ਨੇਗੇ ਮੇਰੇ ਡੈਡੀ ਸਾਰੇ ਸਾਡੇ ਧਰਨਿਆਂ ਦੇ ਵਿੱਚ ਜਾਂਦੇ ਨੇਗੇ ਕੋਈ ਸਾਡਾ ਜਥੇਬੰਦੀ ਸਾਡੀ ਆਪਣੀਆਂ ਜਥੇਬੰਦੀਆਂ ਨੇਗੀਆਂ ਕਿਸੇ ਤਰ੍ਹਾਂ ਦੀ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਾਂਗੇ ਚਾਹੇ ਜਥੇ ਮਰਜ਼ੀ ਕੋਈ ਖੜਾ ਕੇ ਗੋਲੀ ਮਾਰੇ ਜੇ ਕਿਤੇ ਮਸਲਾ ਚੰਗੇ ਥਾਂ 'ਤੇ ਜੇਕਰ ਜਾਣ ਜਾਂਦੀ ਹੈ ਤਾਂ ਜਾਵੇ ਹੋਰ ਕੋਈ ਸਾਡਾ ਜੇਲ੍ਹ ਜਾਣਾ ਕੋਈ ਰੇਪ ਵਾਲਾ ਬੰਦੇ ਚੋਰੀ ਠੱਗੀ ਇਹ ਕੰਮਾਂ ਜੇਲ੍ਹ ਜਾਣਾ 'ਚ ਔਖਾ ਲੱਗਦਾ ਲੋਕਾਂ ਲਈ ਜਿਹੜੇ ਜੇਲ੍ਹ ਜਾਂਦੇ ਨੇ ਨਾ ਸੀਨਾ ਤਾਣ ਕੇ ਜੇਲ੍ਹ ਜਾਂਦੇ ਨੇ ਉਹ ਚਲੋ ਲੈ ਕੇ ਜਾਓ ਕਰੋ ਪਰਚਾ ਜਿਹੜਾ ਦਰਜ ਕਰਦੇ ਕਰੋ ਉਹਨਾਂ ਦੇ ਇਹ ਚੀਜ਼ਾਂ ਨੂੰ ਕਦੇ ਨਹੀਂ ਘਬਰਾਉਂਦੇ ਹੁੰਦੇ ਬਾਕੀ ਜਿਹੜੇ ਮੇਰੇ ਚਾਹੁਣ ਵਾਲੇ ਨੇ ਫਿਕਰ ਨਾ ਕਰੋ ਆਪਾਂ ਕੋਈ ਚੰਗਾ ਕੰਮ ਲੈ ਕੇ ਆਵਾਂਗੇ ਚੰਗਾ ਕਰਾਂਗੇ